ਤੇ ਉਧਰੋਂ ਮਿੰਟੂ ਜੀ ਟਰੱਕਾਂ ਵਾਲੇ ਵਿਚਾਰੇ ਬਹੁਤ ਪਰੇਸ਼ਾਨ ਨੇ ਕਿ ਟਰੱਕਾਂ ਵਾਲ ਨੇ ਟਰੱਕ ਲੈ ਲੈ ਨਵੇਂ ਉਹ ਘਰਾਂ 'ਚ ਖੜੇ ਨੇਗੇ ਤੇ ਬੈਂਕ ਵਾਲੇ ਦੇ ਮੀਟਰ ਚੱਲੀ ਜਾਂਦੇ ਆ ਉਹ ਕਹਿੰਦੇ ਟਰੱਕਾਂ ਦੇ ਸਾੜਾਂ ਦੇ ਮੀਟਰ ਨਹੀਂ ਚੱਲਦੇ ਗਾਂਠਾ ਦੁਰਨਯੋਗੀ ਨਹੀਂ ਹੈਗੀ ਜੀ ਬਿਲਕੁਲ ਤੁਹਾਡਾ ਸਮਾਂ ਹੋ ਗਿਆ ਮੈਂ ਸੰਖੇਪ 'ਚ ਪਰ ਬਹੁਤ ਜ਼ਰੂਰੀ ਗੱਲ ਹੈ ਕਿ ਸਾਨੂੰ ਕਿਸੇ ਨੇ ਆਪਣੀ ਦੁੱਖ ਤਕਲੀਫ ਕਰ ਲਈ ਹੈ ਤੇ ਮਾਮਲਾ ਹੈ ਮੋਗੇ ਦੇ ਨਜ਼ਦੀਕ ਕੋਈ ਪਿੰਡ ਹੈ ਸੰਗਤਪੁਰਾ ਜੀ ਉੱਥੇ ਇਹਨਾਂ ਨੇ 16 ਚੱਕੀ ਦੋ ਟਰੱਕ ਪਾਏ ਨੇ ਨਵੇਂ ਹਾਂਜੀ ਸਿਸਟਮ ਨੂੰ ਦੇਖੋ ਸਿਸਟਮ ਕਿਸ ਤਰ੍ਹਾਂ ਚੱਲਦਾ ਹੈ ਕਿ ਕਿੱਥੇ ਤੇ ਆਪਾਂ ਕਹੀਏ ਕਿ ਸਾਡੇ ਜਿਹੜੇ ਟਰੱਕ ਆਪਰੇਟਰ ਹੈ ਇਹ ਕਾਮਯਾਬ ਹੋਣ ਦੂਜੀਆਂ ਸਟੇਟਾਂ ਚੋਂ ਕਮਾਈ ਕਰਕੇ ਲਿਓਨ ਯਾਰ ਅੱਛਾ ਹੈ ਸਾਨੂੰ ਟੈਕਸ ਦੇਣ ਅੱਛੀ ਗੱਲ ਹੈ ਦੂਜੀਆਂ ਸਟੇਟਾਂ ਨੂੰ ਟੈਕਸ ਦੇਣ ਪਰ ਸਿਸਟਮ ਕਿਦਾਂ ਕੰਮ ਕਰਦਾ ਇਹ ਕਹਿੰਦੇ ਸੀ ਕਿ ਅਸੀਂ ਸੁਵਾਮਾਂ ਇਹ ਕਰ ਦਿੱਤੀਆਂ ਉਹ ਕਰ ਦਿੱਤੀਆਂ ਇੱਕ ਮਿਸਾਲ ਹੈ ਇਹ ਦੇਖੋ ਆਲੋਚਨਾ ਤੋਂ ਜਾਂ ਇਸ ਤਰ੍ਹਾਂ ਦੇ ਸੁਝਾਵਾਂ ਤੋਂ ਖਬਰਾਉਣਾ ਨਹੀਂ ਚਾਹੀਦਾ ਤੁਸੀਂ ਇਹਨਾਂ ਚੀਜ਼ਾਂ ਨੂੰ ਠੀਕ ਕਰ ਸਕਦੇ ਹੋ ਜਿਹੜੇ ਕੋਈ ਇਹਨਾਂ ਦਾ ਸਮਰਥਕ ਆ ਕਿਸੇ ਦੀ ਕਿਸੇ ਲੀਡਰ ਨਾਲ ਚੰਗੀ ਜਾਣ ਪਛਾਣ ਆ ਤਾਂ ਉਹਨੂੰ ਜ਼ਰੂਰ ਇਨੀ ਕੁ ਫੁਟੇਜ ਭੇਜ ਦਿਆ ਜੀ ਬਿਲਕੁਲ ਜੀ ਖੱਟ ਕੇ ਭੇਜ ਦਿਓ ਜੀ ਬੇਸ਼ੱਕ ਕਿ ਸਮੱਸਿਆਵਾਂ ਕਿੱਥੇ ਨੇ ਕਿਉਂਕਿ ਕਈ ਸਮੱਸਿਆਵਾਂ ਛੋਟੀਆਂ ਹੁੰਦੀਆਂ ਨੇ ਪਰ ਬਹੁਤ ਜ਼ਰੂਰੀ ਹੁੰਦੀਆਂ ਨੇ ਅਸੀਂ ਉਹਨਾਂ ਵੱਲ ਦੇਖਦੇ ਨਹੀਂ ਉਹਨਾਂ ਦਾ ਨਿਵਾਰਣ ਕਦੇ ਫਿਰ ਹੁੰਦਾ ਵੀ ਨਹੀਂ ਹੈ ਜੀ ਇਹਨਾਂ ਨੇ ਜੁਲਾਈ ਲਾਸਟ ਚ ਤੇ ਅਗਸਤ ਚ ਇਹ ਜਿਹੜੇ ਟਰੱਕ ਲੈ ਕੇ ਤਿਆਰ ਕਰਵਾ ਲੈ ਸਨ ਜੀ ਫੇਰ ਇਹਨਾਂ ਦੀ ਪਾਸਿੰਗ ਜਿਹੜੀ ਹੈ ਉਹ 15 ਦਿਨਾਂ ਬਾਅਦ ਹੁੰਦੀ ਹੈ 12 ਸਤੰਬਰ ਨੂੰ 12 ਤੇ 13 ਨੂੰ ਜੀ ਐਮਵੀਆਈ ਜਿਹੜਾ ਹੁੰਦਾ ਤਾਂ ਉਹਦੇ ਤੋਂ ਪਾਸਿੰਗ ਹੋ ਗਈ ਪਰ ਹੁਣ ਤੱਕ ਕਹਿੰਦੇ ਆ ਕਿ ਬਾਈ ਇਹਨਾਂ ਦਾ ਜਿਹੜਾ ਉਹ ਤੁਹਾਨੂੰ ਪਤਾ ਅੱਜਕੱਲ ਇੱਕ ਫੰਡਾ ਹੈ ਕਿ ਪੋਰਟਲ 'ਚ ਉਹ ਨਾਂ ਬੋਲਣਾ ਚਾਹੀਦੇ ਨੇ ਤੁਹਾਡੇ ਰਜਿਸਟ੍ਰੇਸ਼ਨ ਉਹ ਕਹਿੰਦੇ ਕਿ ਪੋਰਟਲ 'ਚ ਹੀ ਨਹੀਂ ਚੜਾਇਆ ਜਾ ਰਿਹਾ ਪਹਿਲਾਂ ਪੋਰਟਲ ਚੱਲਦਾ ਫਿਰ ਉਸ ਤੋਂ ਬਾਅਦ ਹੀ ਆਰਸੀ ਬਣ ਕੇ ਘਰਾਂ ਦੀ ਉਹ ਨਾਂ ਵੀ ਬਣਿਆ ਆਰਸੀ ਕੋਈ ਚੱਕਰ ਨਹੀਂ ਜਦੋਂ ਪੋਰਟਲ 'ਚ ਤੁਸੀਂ ਅਪਡੇਟ ਹੋ ਗਏ ਫਿਰ ਕੋਈ ਚੱਕਰ ਨਹੀਂ ਆਗਾ ਕਿ ਬਾਹਰਲੇ ਜਦੋਂ ਤੁਸੀਂ ਪਰਮਿਟ ਅਪਲਾਈ ਕਰੋਗੇ ਬਾਹਰਲੇ ਸਟੇਟ ਦਾ ਅਦਰ ਸਟੇਟ ਦਾ ਉਹਨਾਂ ਨੇ ਪੋਰਟਲ ਹੀ ਦੇਖਣਾ ਨਾ ਆਨਲਾਈਨ ਹੀ ਚੈੱਕ ਕਰਨਗੇ ਹਾਂਜੀ ਤਾਂ ਇਹਨਾਂ ਨੂੰ ਮਤਲਬ ਕਿ ਨੰਬਰ ਮਿਲੇ ਹੋਏ ਨੇ ਬਾਕਾਇਦਾ ਪੀਬੀ 04 AE 9742 ਪੀਬੀ 13 BP 9742 ਮਤਲਬ ਆ ਆਰਟੀਏ ਫਰੀਦਕੋਟ ਇੱਕ ਫਰੀਦਕੋਟ ਇੱਕ ਸੰਗਰੂਰ ਹੋ ਗਿਆ ਜੀ ਤਾ ਉਹ ਫਰੀਦਕੋਟ ਵਾਲਾ ਤਾਂ ਸ਼ਾਇਦ ਵਿਜੀਲੈਂਸ ਨੇ ਪਾਇਆ ਹੋਇਆ ਘੇਰਾ ਉਥੋਂ ਦਾ ਚਾਰਜ ਹੈਗਾ ਐਸਟੀਐਮ ਕੋਲ ਐਸਟੀਐਮ ਕਹਿੰਦਾ ਕਿ ਮੈਂ ਯਾਰ ਦੂਜੇ ਕੰਮ ਵੇਖਾ ਕਿ ਮੈਂ ਤੁਹਾਡੇ ਟਰੱਕ ਚਲਾਵਾ ਦੱਸੂ ਹੁਣ ਕਦੇ ਕੋਈ ਹੜਤਾਲ ਆ ਗਈ ਕਦੇ ਖੁਸ਼ ਆ ਗਿਆ ਜੀ ਵੈਸੇ ਇਹਨਾਂ ਨੇ ਇੱਕ ਲੁਕਵੀ ਗੱਲ ਵੀ ਦੱਸੀ ਹੈ ਜਿਹੜੀ ਲੁਕਵੇਂ ਤੌਰ ਤੇ ਖੇਡ ਚੱਲਦੀ ਹੈ ਕਿ ਜੇ ਤਾ ਕੋਈ ਲੱਸੀ ਪਾਣੀ ਕਰ ਦਿੰਦਾ ਹੈ ਤੇ ਉਹਦਾ ਵਿੱਚ ਸਨੇ ਉਹ ਨੰਬਰ ਅਪਡੇਟ ਹੋ ਵੀ ਜਾਂਦਾ ਪਰ ਨਾ ਸਾਥੋਂ ਮੰਗ ਕੀਤੀ ਗਈ ਤੇ ਨਾ ਸਾ ਦਿੱਤੇ ਮੁੱਖ ਦੀ ਗੱਲ ਹੈ ਪਰ ਇਹਦਾ ਨੁਕਸਾਨ ਇਹਨਾਂ ਨੂੰ ਕੀ ਹੋ ਰਿਹਾ ਇਹ ਜਿਹੜੇ ਆਪਰੇਟਰ ਵੀਰ ਆ ਆਪਣੇ ਇਹ ਕਹਿੰਦੇ ਆ ਕਿ ਲੱਖ ਲੱਖ ਰੁਪਏ ਕਿਸ਼ਤ ਪੈ ਰਹੀ ਹੈ ਸਾਨੂੰ ਤੇ ਬੀਮਾ ਜਿਹੜਾ ਸਾਡਾ 2-3 ਮਹੀਨੇ ਦਾ ਘਰੇ ਖਲੋਤਿਆਂਦੇ ਉਹ ਲੰਘ ਗਿਆ ਅਸੀਂ ਦੱਸੋ ਕਿੱਧਰ ਨੂੰ ਚਾਹੀਏ ਹੁਣ ਦੇਖੋ ਲੱਖਾਂ ਰੁਪਏ ਕੋਈ ਇਨਵੈਸਟ ਕਰਕੇ ਕੋਈ ਕਾਰੋਬਾਰ ਖੜਾ ਕਰ ਰਿਹਾ ਤੇ ਇੱਕ ਨਿੱਕੀ ਜੀ ਗੱਲ ਹੈ ਯਾਰ ਆ ਦਫ਼ਤਰਾਂ ਚ ਬڑے ਬੰਦਿਆਂ ਨਾਲ ਉਹ ਸਾਲ-ਸਾਲ ਆਰਸੀ ਇਦਾਂ ਜਿਹੜੀ ਐ ਉਹ ਤੁਰੀ ਫਿਰਦੀ ਐ ਜੀ ਇਹ ਤਾਂ ਬਹੁਤ ਹੀ ਤੰਤਰ ਜਿਹੜਾ ਐ ਨਾ ਇਹਨਾਂ ਨੇ ਸਗੋਂ ਘਰਕ ਕਰ ਦਿੱਤਾ ਜੀ 6-6 ਮਹੀਨੇ ਕਈ ਇਸ ਤਰ੍ਹਾਂ ਦੇ ਇੱਕ ਐਨਆਰਆਈ ਦਾ ਸਾਡੀ ਜਾਨ ਪੇਸ਼ਾਨ ਵਾਲੇ ਦਾ ਇਸ ਤਰ੍ਹਾਂ ਦਾ ਮਾਮਲਾ ਸਾਲ-ਸਾਲ ਇਸ ਤਰ੍ਹਾਂ ਕਢਾ ਦਿੱਤਾ ਗਿਆ ਕਦੇ ਸਟ੍ਰਾਈਕ ਇਨੀ ਮੁੱਕਦੀ ਤਿੰਨ-ਤਿੰਨ ਮਹੀਨੇ ਚਾਰ-ਚਾਰ ਮਹੀਨੇ ਹੁਣ ਵੀ ਮੇਰੇ 28 ਤੱਕ ਸ਼ਾਇਦ ਪਤਾ ਨਹੀਂ ਕਿ ਪਤਾ ਨਹੀਂ ਕੀ ਕਰਦੇ ਨੇ ਕੋਈ ਮਤਲਬ ਕਿ ਹੁਣ ਦੇਖੋ ਅਸੀਂ ਨਹੀਂ ਕਹਿੰਦੇ ਕਿ ਮੁਲਾਜ਼ਮਾਂ ਦਾ ਕਸੂਰ ਹੈ ਜੀ ਮੁਲਾਜ਼ਮਾਂ ਦੀ ਆਪਣੀ ਤਕਲੀਫ ਹੋ ਸਕਦੀ ਹੈ ਉਹਨਾਂ ਨੇ ਕਲਮ ਛੱਡੋ ਹੜਤਾਲ ਕਰ ਦਿੱਤੀ ਪਰ ਯਾਰ ਇਹਨਾਂ ਦਾ ਕਿ ਕਸੂਰ ਹੈ ਦੱਸੋ ਲੱਖ ਲੱਖ ਰੁਪਈਆ ਮਤਲਬ ਕਿ ਘਰ ਬੈਠੇ ਨੂੰ ਪੈ ਰਿਆ ਹੁਣ ਉਹ ਬੰਦਾ ਕਿਵੇਂ ਉੱਠੂਆ ਦੱਸੋ ਉਹੀ ਤਾਂ ਗੱਲ ਤੇ ਜਿੱਦਾਂ ਅਗਲਾ ਲੈ ਕੇ ਤੇ ਉੱਥੇ ਟਰੱਕ ਉੱਥੇ ਆ ਗਿਆ ਐਸਡੀਐਮ ਦੇ ਦਫ਼ਤਰੇ ਮੈਨ ਲੱਗਾ ਜੇ ਅੱਗ ਲਾਉਣ ਫਿਰ ਉਦੋਂ ਕੈਮਰੇ ਵੀ ਘੁੰਮਣੇ ਨੇ ਤੇ ਉਦੋਂ ਟੈਲੀਫੋਨ ਵੀ ਘੁੰਮਣੇ ਨੇ ਫਿਰ 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 ਜੋ ਭੱਜ ਦੌੜ ਕਰਨੀ ਹੈ ਤਾਂ ਉਹ ਉਹ ਤੋਂ ਪਹਿਲਾਂ ਹੀ ਭਾਈ ਇਹ ਸਾਰੇ ਮਸਲੇ ਜਿਹੜੇ ਹੱਲ ਕਰਨੇ ਚਾਹੀਦੇ ਆ ਤਾਂ ਦੇਖੋ ਕਿੰਡੀਆਂ ਵੱਡੀਆਂ ਸਮੱਸਿਆਵਾਂ ਮੰਨ ਲਓ ਬਿਲਕੁਲ ਬਿਲਕੁਲ ਮਿੰਟ ਇਹ ਹੈ ਛੋਟੀ ਜੀ ਆ ਪਰ ਛੋਟੀ ਜੀ ਸਮੱਸਿਆ ਛੋਟੀ ਨਹੀਂ ਕਹਿ ਸਕਦੇ ਆਪਾਂ ਪਰ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕਿਸੇ ਦਾ ਨੁਕਸਾਨ ਹੋ ਰਿਹਾ ਛੋਟੀ ਜੀ ਸਮੱਸਿਆ ਛੋਟੀ ਜੀ ਸਮੱਸਿਆ ਇਸ ਕਰਕੇ ਕਹਿ ਰਹੇ ਕਿ ਥੋੜੇ ਜਿਹਾ ਕੰਮ ਕੰਮ ਤਾਂ ਕੁਝ ਵੀ ਨਹੀਂ ਹਾਂ ਕੰਮ ਕੁਝ ਵੀ ਨਹੀਂ ਹੈ ਜੀ ਤੁਸੀਂ ਕਟੋ-ਕਟੇ ਯਾਰ ਮਲਾਜ਼ਮਾਂ ਨੂੰ ਵੀ ਚਾਹੀਦਾ ਕਿ ਜਿਹੜੇ ਜ਼ਰੂਰੀ ਕੰਮ ਨੇ ਉਹ ਨਿਬੇੜੋ ਮੰ ਲਓ ਆਪਣਾ ਕੋਈ ਵੀਕਲ ਆ ਪੰਜਾਬ ਚ ਤੋਂ ਰਿਆ ਜਾਂਦਾ ਹੈ ਉਹ ਤਾਂ ਆਪਾਂ ਨੂੰ ਪਤਾ ਯਾਰ ਕਿ ਆਪਾਂ ਨਵਾਂ ਵੀਕਲ ਲਿਆ ਹੈ ਨਹੀਂ ਵੀ ਅਪਲੋਡ ਹੋਇਆ ਪੁਲਿਸ ਵਾਲਿਆਂ ਨੂੰ ਵੀ ਪਤਾ ਹੁੰਦਾ ਹੈ ਬਿੱਲ ਵਗੈਰਾ ਤੁਹਾਡੇ ਕੋਲ ਹੁੰਦੇ ਅਖਲਾ ਕਹਿੰਦਾ ਕੋਈ ਗੱਲ ਨਹੀਂ ਯਾਰ ਪਰ ਜਿਨ੍ਹਾਂ ਨੇ ਦੂਸਰੀ ਸਟੇਟ ਚ ਜਾਣਾ ਕਮਾਈ ਕਰਨ ਵਾਸਤੇ ਉਹ ਉਹਨਾਂ ਦੇ ਕੰਮ ਤੇ ਕਰਦੇ ਹੋ ਨਾ ਘਟੂ ਘਟਾ ਅਸੀਂ ਇਨਵੈਸਟਰਾਂ ਵਾਸਤੇ ਬਾਹਰ ਜਾ ਕੇ ਮਿੰਤਾ ਕਰਦੇ ਜਿਹੜੇ ਸਾਡੇ ਇੱਥੇ ਨਿੱਕੇ ਨਿੱਕੇ ਇਨਵੈਸਟਰ ਆ ਉਹਨਾਂ ਨੂੰ ਅਸੀਂ ਹਾਂ ਇਹ 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 ਸਾਡੀ ਬੈਕਬੋਨ ਨੇ ਯਾਰ ਟਰੱਕ ਆਪਰੇਟਰ ਨੇ ਜਾਂ ਸ਼ੈਲਰ ਆਪਰੇਟਰ ਨੇ ਇਹ ਇਸ ਤਰ੍ਹਾਂ ਦੀ ਇੰਡਸਟਰੀ ਸਾਡਾ ਜਿੱਦਾਂ ਕਹ ਲਈਏ ਨਾ ਕਿ ਰੀਡ ਦੀ ਹੱਡੀ ਵਾਲਾ ਕੰਮ ਕਰਦੇ ਨੇ ਜੀ ਜੀ ਜੀ